ਇਹ ਮਾਮਲਾ ਹੈ ਮੋਗਾ ਦਾ, ਜਿੱਥੇ ਇੰਗਲਿਸ਼ ਟ੍ਰੀ ਨਾਂ ਦੇ ਹੇਠ ਆਪਣੀਆਂ ਦੁਕਾਨਾਂ ਪਾ ਕੇ ਟਰੈਵਲ ਏਜੰਟੀ ਦਾ ਕੰਮ ਕਰਨ ਵਾਲੀ ਇਸ ਸੰਸਥਾ ਨੇ ਕਈ ਨੌਜਵਾਨਾਂ ਦੇ ਕੈਨੇਡਾ ਜਾਣ ਦੇ ਸੁਪਨੇ ਹੀ ਚਕਨਾਚੂਰ ਕਰ ਦਿੱਤੇ। ਜਿੱਥੇ ਹੁਣ ਆ ਸਾਹਮਣੇ ਤਸਵੀਰਾਂ 'ਚ ਨਜ਼ਰ ਆ ਰਹੀ ਇਸ ਸੰਸਥਾ ਨੂੰ ਮੋਗਾ ਦੇ DC ਵੱਲੋਂ ਤਾਲਾ ਲਗਵਾ ਦਿੱਤਾ ਗਿਆ ਹੈ, ਕਿਉਂਕਿ ਇੱਥੋਂ ਵੀਜ਼ੇ ਅਪਲਾਈ ਕਰਨ ਵਾਲੇ ਇਹਨਾਂ ਨੌਜਵਾਨਾਂ ਮੁਤਾਬਕ ਇਸ ਸੰਸਥਾ ਵੱਲੋਂ 13 ਲੱਖ 'ਚ ਉਹਨਾਂ ਨੂੰ ਕੈਨੇਡਾ ਭੇਜਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਕੁਝ ਪੈਸੇ ਐਡਵਾਂਸ ਲੈ ਕੇ ਇੰਗਲਿਸ਼ ਟ੍ਰੀ ਵਾਲਿਆਂ ਨੇ ਨੌਜਵਾਨਾਂ ਨੂੰ ਜੋ ਆਫਰ ਲੈਟਰ ਦਿੱਤੇ ਕਾਲਜਾਂ 'ਤੇ ਉਹ ਜਾਲੀ ਸਨ ਅਤੇ ਵਿਦਿਆਰਥੀਆਂ ਨੂੰ ਜੋ GIC ਦੀਆਂ ਸਲਿੱਪਾਂ ਦਿੱਤੀਆਂ ਗਈਆਂ ਉਹ ਵੀ ਜਾਲੀ ਨਿਕਲੀਆਂ। ਅਤੇ ਜਦੋਂ ਡਾਕੂਮੈਂਟ ਕੈਨੇਡਾ ਦੀ ਅੰਬੈਸੀ ਗਏ ਤਾਂ ਕੈਨੇਡਾ ਦੀ ਅੰਬੈਸੀ ਨੇ ਇਹਨਾਂ ਮੁੰਡਿਆਂ 'ਤੇ 5-5 ਸਾਲ ਦਾ ਬੈਨ ਲਗਾ ਦਿੱਤਾ ਅਤੇ ਇਹਨਾਂ ਦਾ ਭਵਿੱਖ ਹੁਣ ਖਤਰੇ 'ਚ ਪੈ ਗਿਆ ਹੈ। ਸਰ ਬਸ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਾਣੀ ਕਿ ਸਾਡਾ ਭਵਿੱਖ ਖਰਾਬ ਕੀਤਾ ਗਿਆ ਜੀ ਉਹਦੇ ਵੱਲੋਂ। ਸਾਨੂੰ ਬਹੁਤ ਖੁਸ਼ੀ ਆ ਜੀ ਇਹ ਸੁਣ ਕੇ ਵੀ ਸਾਡੀ ਕੋਈ ਸੁਣਵਾਈ ਹੋਈ ਹੈ ਤਾਂ, ਕਿਉਂਕਿ ਸਰ ਅਸੀਂ 5 ਸਾਲ ਕਿਤੇ ਵੀ ਨਹੀਂ ਜਾਣ ਜੋਗੇ ਹੈਗੇ ਇਹ ਤੋਂ ਬਿਨਾਂ। ਬਸ ਹੁਣ ਸਰ ਜਾਣੀ ਕਿ ਸਾਨੂੰ FIR ਮਿਲ ਜੂਗੀ, ਉਹਨਾਂ ਦਾ ਪਰਚਾ ਹੋਊਗਾ ਤਾਂ ਸਾਡੀ ਅੰਬੈਸੀ ਵਿੱਚ ਫਾਈਲ ਲੱਗੂਗੀ, ਉਹ 'ਚੋਂ ਬੰਦਾ ਗਲਤ ਸਾਬਤ ਹੋਊਗਾ ਤਾਂ ਸਾਡਾ ਬੈਨ ਹੋਊਗਾ ਜੀ। DC ਸਾਹਿਬ ਵੱਲੋਂ ਬਹੁਤ ਵਧੀਆ ਕਾਰਵਾਈ ਕੀਤੀ ਗਈ, ਉਹਨਾਂ ਨੇ ਸਾਡਾ ਬਹੁਤ ਹੀ ਸਾਥ ਦਿੱਤਾ, ਉਹਨਾਂ ਦੇ ਹੁਕਮਾਂ ਸਦਕਾ ਉਹਨਾਂ ਨੇ SGM ਸਾਹਿਬ ਨੇ ਹੁਕਮ ਦਿੱਤਾ ਕਿ ਉਹਨਾਂ ਦਾ ਸੈਂਟਰ ਜਿਹੜਾ ਸੀਲ ਕਰ ਦਿੱਤਾ ਜਾਵੇ ਤਾਂ ਜੋ ਉਹਨਾਂ ਦੀ ਜੋ ਅੱਗੇ ਕਾਰਵਾਈ ਚੱਲ ਪਈ ਉਹ ਉੱਥੇ ਰੁਕ ਜਾਵੇ ਅਤੇ ਸਾਨੂੰ ਸਾਥ ਮਿਲ ਸਕੇ, ਅਤੇ ਇਸ ਨਾਲ ਸਾਨੂੰ ਬਹੁਤ ਇਨਸਾਫ ਮਿਲੂਗਾ ਕਿ ਜਿਸ ਨਾਲ ਜਿਵੇਂ ਕਿ ਆਪਾਂ ਅੱਗੇ ਕੋਈ ਫਾਈਲ ਲਗਾਉਣੀ ਹੋਵੇ ਤਾਂ ਸਾਨੂੰ ਇਹਦੇ ਪਰਚੇ ਬਹੁਤ ਬੈਨੀਫਿਟ ਹੋਏਗਾ ਜੀ। ਬਸ ਇਹੀ ਕਹਿਣਾ ਚਾਹੁੰਦੇ DC ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ, ਕਿਉਂਕਿ ਉਹਨਾਂ ਦੇ ਕਰਕੇ ਹੁਣ ਅਸੀਂ ਮਤਲਬ ਇੱਕ ਹਿਸਾਬ ਨਾਲ ਆਪਦੀ ਅਪੀਲ ਪਾ ਸਕਦੇ ਹਾਂ, ਇਹ ਕਰਕੇ ਸਾਨੂੰ ਗਾਉਂ ਵੀ ਬੈਨੀਫਿਟ ਹੋਊਗਾ ਅਤੇ ਸਾਡੇ ਦੇ ਜਿਹੜੇ ਐਲੀਗੈਂਟ ਲੱਗੇ ਆ ਉਹ ਹਟਣਗੇ। ਉਹਦੇ ਦੂਜੇ ਪਾਸੇ ਪੁਲਿਸ ਦਾ ਇਸ 'ਤੇ ਕੀ ਕਹਿਣਾ ਸੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਇਹਦੇ 'ਚ ਆ ਇੰਗਲਿਸ਼ ਟ੍ਰੀ ਇਮੀਗ੍ਰੇਸ਼ਨ ਫਾਰਮ ਦੇ ਨੇ ਬੱਚਿਆਂ ਨੂੰ ਬਾਹਰ ਭੇਜਣ ਦੇ ਲਈ ਜਿਹੜੇ ਆਈਲੈਟਸ ਕਰਕੇ ਜਾਂਦੇ ਹੈਗੇ ਉਹਨਾਂ ਨਾਲ ਇਹ ਗੱਲਬਾਤ ਕੀਤੀ ਸੀ ਕਿ ਉਹ ਟੋਟਲ 13 ਲੱਖ ਰੁਪਏ ਦੇ ਵਿੱਚ ਬਾਹਰ ਭੇਜ ਦੇਗਾ, ਇਹਦੇ ਇਵਜ਼ ਵਿੱਚ 35,000 ਰੁਪਇਆ ਪਹਿਲਾਂ ਵਸੂਲੂਗਾ, ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਪੈਸਾ ਉਹਨਾਂ ਦੇ ਬਾਹਰ ਪਹੁੰਚਣ ਤੋਂ ਬਾਅਦ ਲਵੇਗਾ। ਅਤੇ ਇਹਨਾਂ ਨੇ ਇਹਦੇ ਵਿੱਚ ਇਹ ਵੀ ਸੀ ਗੱਲ ਕਿ GIC ਅਤੇ ਹੋਰ ਡਾਕੂਮੈਂਟ ਜਿਹੜੇ ਆ ਇਹ ਖੁਦ ਹੀ ਤਿਆਰ ਕਰਕੇ ਅੰਬੈਸੀ ਨੂੰ ਸਬਮਿਟ ਕਰਨੇ ਸੀ ਬੱਚਿਆਂ ਦੇ ਬਾਹਰ ਭੇਜਣ ਦੇ ਲਈ। ਜੋ ਇਹਨਾਂ ਨੇ ਡਾਕੂਮੈਂਟ ਤਿਆਰ ਕਰਕੇ ਦਿੱਤੇ ਹੈਗੇ ਆ ਉਹ ਜਦੋਂ ਵੈਰੀਫਿਕੇਸ਼ਨ ਕੀਤੀ ਗਈ ਆ ਉਹ ਫੇਕ ਨਿਕਲੇ ਹੈਗੇ ਆ, ਜਿਹਦੇ ਕਰਕੇ ਅੰਬੈਸੀ ਨੇ ਇਹਨਾਂ ਨੇ ਬੱਚਿਆਂ 'ਤੇ 5 ਸਾਲ ਦਾ ਜਿਹੜਾ ਬੈਨ ਲਗਾ ਦਿੱਤਾ ਹੈਗਾ ਕਿ ਉਹ ਬਾਹਰ ਨਹੀਂ ਜਾ ਸਕਦੇ। ਇਸ ਦੇ ਸੰਬੰਧ ਵਿੱਚ ਸਾਡੇ ਕੋਲ ਬੱਚਿਆਂ ਦੇ ਮਾਂ ਬਾਪ ਨੇ ਅਪਰੋਚ ਕੀਤੀ ਆ, ਦਰਖਾਸਤ ਦਿੱਤੀ ਆ, ਜਿਹਦੇ ਸੰਬੰਧ ਵਿੱਚ ਅਸੀਂ ਇੰਗਲਿਸ਼ ਟ੍ਰੀ ਇਮੀਗ੍ਰੇਸ਼ਨ ਫਾਰਮ ਦੇ ਖਿਲਾਫ ਮਾਲਕ ਦੇ ਖਿਲਾਫ ਅਧੀਨ ਧਾਰਾ 420, 465, 467, 476 IPC ਅਧੀਨ ਪਰਚਾ ਦਰਜ ਕਰਕੇ ਇਹਦੀ ਗ੍ਰਿਫਤਾਰੀ ਦੇ ਲਈ ਵੱਖ ਵੱਖ ਟੀਮਾਂ ਬਣਾ ਕੇ ਲੱਭਣਾ ਇਹਨੂੰ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਜਲਦੀ ਹੱਥ ਆ ਸਕੇ। ਅਤੇ ਸੰਸਥਾ ਨੂੰ ਤਾਲਾ ਲਗਾ ਦਿੱਤਾ ਗਿਆ ਹੈ, ਬੰਦ ਕਰ ਦਿੱਤੀ ਗਈ ਹੈ ਤਾਂ ਕਿ ਇਹ ਕਿਸੇ ਹੋਰ ਬੱਚੇ ਦੇ ਭਵਿੱਖ ਦੇ ਨਾਲ ਕੋਈ ਖਿਲਵਾੜ ਨਾ ਕਰ ਸਕੇ। ਹੁਣ ਨਾ ਜਾਣੇ ਪੰਜਾਬ 'ਚ ਕਿੰਨੇ ਨੌਜਵਾਨ ਨਿੱਤ ਅਜਿਹੇ ਏਜੰਟਾਂ ਦਾ ਸ਼ਿਕਾਰ ਹੋ ਰਹੇ ਨੇ। ਏਜੰਟਾਂ 'ਤੇ ਕਾਰਵਾਈਆਂ ਵੀ ਹੁੰਦੀਆਂ ਨੇ ਜਦ ਨੂੰ ਕੋਈ ਨਵਾਂ ਏਜੰਟ ਮਾਰਕੀਟ 'ਚ ਆ ਜਾਂਦਾ ਹੈ, ਅਤੇ ਅਜਿਹੇ ਤਮਾਮ ਧੋਖੇਬਾਜ਼ਾਂ ਨੂੰ ਰੋਕ ਪਾਉਣਾ ਹੁਣ ਪ੍ਰਸ਼ਾਸਨ ਲਈ ਵੀ ਜਿਵੇਂ ਔਖਾ ਹੋਇਆ ਪਿਆ। ਮੋਗਾ ਤੋਂ ਸੰਦੀਪ ਸੁਖਮ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। ਐਟ ਪਿਰਾਮਿਡ ਦ ਓਨਲੀ ਥਿੰਗ ਦੈਟ ਇਨਸਪਾਇਰਸ ਅਸ ਦ ਮੋਸਟ ਇਜ਼ ਆਰ ਕਸਟਮਰ ਐਂਡ ਵੀ ਆਰ ਟੋਟਲੀ ਕਮਿਟਡ ਟੂ ਦ ਸਕਸੈਸ ਆਫ ਆਰ ਸਟੂਡੈਂਟਸ ਐਂਡ ਕਸਟਮਰਸ।
ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਾਮਿਡ ਵੀਜ਼ਾ, ਇੱਕ ਵਧੀਆ ਜ਼ਿੰਦਗੀ।